ਵੀਡੀਓ ਇੱਕ ਰੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹੈਗੇ ਆ ਕਿ ਜੇਕਰ ਤੁਸੀਂ ਆਪਣੇ ਕਿਸਾਨ ਜੇ ਫਾਰਮ ਦੇ ਉੱਪਰ ਲੋਨ ਲੈਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਨੇ ਜੇ ਫਾਰਮ ਤੋਂ ਇਲਾਵਾ ਹੋਰ ਕਿਹੜੇ ਨੇ ਹੋਣੇ ਜ਼ਰੂਰੀ ਨੇ ਤਾਂ ਜੋ ਤੁਸੀਂ ਕਿਸੇ ਵੀ ਬੈਂਕ ਕੋਲੋਂ ਜਾਂ ਫਿਰ ਕਿਸੇ ਪ੍ਰਾਈਵੇਟ ਕੰਪਨੀ ਕੋਲੋਂ ਲੋਨ ਜਿਹੜਾ ਆ ਲੈ ਸਕੋ ਅਤੇ ਤੁਸੀਂ ਆਪਣਾ ਕੋਈ ਹੋਰ ਬਿਜ਼ਨਸ ਸਟਾਰਟ ਕਰਨਾ ਜਾਂ ਫਿਰ ਤੁਸੀਂ ਕੋਈ ਮਸ਼ੀਨਰੀ ਖਰੀਦਣੀ ਹੈਗੀ ਆ ਜਾਂ ਤੁਸੀਂ ਆਪਣੇ ਬੇਟੇ ਨੂੰ ਜਾਂ ਫਿਰ ਬੇਟੀ ਨੂੰ ਫੋਰਨ ਕੰਟਰੀ ਭੇਜਣਾ ਹੈਗਾ ਸੋ ਐਜੂਕੇਸ਼ਨ ਲੋਨ ਲੈਣਾ ਹੈਗਾ ਸੋ ਬਹੁਤ ਸਾਰੇ ਇੱਦਾਂ ਦੇ ਪ੍ਰੋਸੈਸ ਹੈਗੇ ਨੇ ਜਿਹੜੇ ਕਿ ਲੋਨ ਸੰਬੰਧੀ ਲਏ ਜਾਂਦੇ ਨੇ ਪਰ ਉਹਦੇ ਵਿੱਚ ਜੇ ਫਾਰਮ ਦੇ ਨਾਲ ਤੁਹਾਡੇ ਕੋਲ ਹੋਰ ਕਿਹੜੇ ਡਾਕੂਮੈਂਟ ਜ਼ਰੂਰੀ ਲੱਗਦੇ ਨੇ ਉਹਦੇ ਬਾਰੇ ਅਸੀਂ ਤੁਹਾਨੂੰ ਇਸ ਵੀਡੀਓ 'ਚ ਜਾਣਕਾਰੀ ਦੇ ਰਹੇ ਹਾਂ। ਇਸ ਤੋਂ ਪਹਿਲਾਂ ਅਸੀਂ ਜੇ ਫਾਰਮ ਦੇ ਰਿਲੇਟਡ ਕਾਫੀ ਜ਼ਿਆਦਾ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਕਿ ਜੇ ਫਾਰਮ ਦੇ ਵਿੱਚ ਹੋਰ ਕਿਹੜੇ ਕਿਹੜੇ ਬੈਨੀਫਿਟ ਜਿਹੜੇ ਆ ਤੁਸੀਂ ਆਪਣੀ ਲਾਈਫ ਵਿੱਚ ਲੈ ਸਕਦੇ ਹੋ ਤੁਹਾਡੇ ਬੱਚੇ ਜੇ ਫਾਰਮ ਤੋਂ ਕੀ ਕੀ ਲਾਭ ਲੈ ਸਕਦੇ ਨੇ ਪੂਰੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਸੋ ਗੱਲ ਕਰ ਲੈਣੇ ਹੈਗੇ ਜੀ ਜੇ ਫਾਰਮ ਤੋਂ ਇਲਾਵਾ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਜਿਹੜੀ ਵੀ ਤੁਸੀਂ ਫਸਲ ਵੇਚਦੇ ਹੈਗੇ ਹੋ ਕਣਕ ਆ ਝੋਨਾ ਜਾਂ ਕਮਾਦ ਜਾਂ ਨਰਮਾ ਜਾਂ ਕਪਾਹ ਆ ਕੋਈ ਵੀ ਫਸਲ ਤੁਸੀਂ ਵੇਚੀ ਹੋਈ ਆ ਉਹਦਾ ਜੇ ਫਾਰਮ ਜਿਹੜਾ ਆ ਔਨਲਾਈਨ ਨਿਕਲ ਜਾਂਦਾ। ਜੇ ਫਾਰਮ ਨੂੰ ਕਿਵੇਂ ਡਾਊਨਲੋਡ ਕਰਨਾ ਉਹ ਵੀ ਵੀਡੀਓ ਚੈਨਲ 'ਤੇ ਅਵੇਲੇਬਲ ਹੈਗਾ ਆ। ਇਸ ਤੋਂ ਇਲਾਵਾ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣਾ ਹੈਗਾ ਤੁਸੀਂ ਮਸ਼ੀਨਰੀ ਲੋਨ ਲੈਣਾ ਬੈਂਕ ਕੋਲੋਂ ਲੋਨ ਲੈਣਾ ਹੈਗਾ ਐਜੂਕੇਸ਼ਨ ਲੋਨ ਲੈਣਾ ਹੈਗਾ ਤੁਸੀਂ ਇੰਸ਼ੋਰੈਂਸ ਲੋਨ ਲੈਣਾ ਹੈਗਾ ਹੈਲਥ ਇੰਸ਼ੋਰੈਂਸ ਲੋਨ ਲੈਣਾ ਹੈਗਾ ਕਿਸੇ ਵੀ ਤਰ੍ਹਾਂ ਦਾ ਲੋਨ ਲੈਣਾ ਹੋਮ ਲੋਨ ਲੈਣਾ ਹੈਗਾ ਪਸ਼ੂ ਪਾਲਣ ਦਾ ਲੋਨ ਲੈਣਾ ਹੈਗਾ ਕੋਈ ਤੁਸੀਂ ਮੋਟਰ ਲਗਾ ਰਹੇ ਹੋ ਉਹਦਾ ਲੋਨ ਲੈਣਾ ਜਾਂ ਸੋਲਰ ਪੈਨਲ ਦਾ ਲੋਨ ਲੈਣਾ ਹੈਗਾ ਐਨੀ ਟਾਈਪਸ ਆਫ ਠੀਕ ਆ। ਸੋ ਉਹਦੇ ਵਿੱਚ ਤੁਹਾਡੇ ਕੋਲ ਕਿਹੜੇ ਕਿਹੜੇ ਡਾਕੂਮੈਂਟ ਨੇ ਸਭ ਤੋਂ ਪਹਿਲਾਂ ਜੇ ਫਾਰਮ ਹੋ ਗਿਆ ਨੰਬਰ 2 ਦੇ ਜਿਸ ਵਿਅਕਤੀ ਨੂੰ ਲੋਨ ਲੈਣਾ ਹੈਗਾ ਉਹਦਾ ਆਧਾਰ ਕਾਰਡ ਜਿਹੜਾ ਹੈ 100% ਵੈਰੀਫਾਈ ਹੋਣਾ ਚਾਹੀਦਾ ਮਤਲਬ ਕਿ ਤੁਹਾਡੇ ਆਧਾਰ ਕਾਰਡ 'ਤੇ ਸਿਗਨੇਚਰ ਜਿਹੜਾ ਵੈਲਿਡ ਹੋਣਾ ਚਾਹੀਦਾ ਹੈ ਉੱਤੇ ਟਿੱਕ ਲੱਗੀ ਹੋਣੀ ਚਾਹੀਦੀ ਆ। ਇਸ ਤੋਂ ਇਲਾਵਾ ਤੁਹਾਡਾ ਸੈਲਫ ਡਿਕਲਾਰੇਸ਼ਨ ਦਾ ਫਾਰਮ ਜਿਹੜਾ ਹੈ ਉਹ ਲੱਗਦਾ। ਇੱਕ ਹੁੰਦਾ NOC ਨੋ ਓਬਜੈਕਸ਼ਨ ਸਰਟੀਫਿਕੇਟ। ਇਸ ਤੋਂ ਬਾਅਦ ਤੁਹਾਡੀ ਜਿੰਨੀ ਜ਼ਮੀਨ ਹੈਗੀ ਹੈ ਜਿਹਦਾ ਤੁਸੀਂ ਜੇ ਫਾਰਮ ਬਣਾਇਆ ਹੋਇਆ ਉਹ ਜ਼ਮੀਨ ਦੀ ਫਰਦ ਜਿਹੜੀ ਆ ਉਹ ਲੱਗਣੀ ਆ ਔਰ ਉਹਦੇ 'ਤੇ ਤਹਿਸੀਲ ਦੇ ਵਿੱਚੋਂ ਜਿਹੜੀ ਸਟੈਂਪਿੰਗ ਲੱਗਦੀ ਆ ਉਹ ਵੀ ਉਹਦੇ 'ਤੇ ਸਟੈਂਪਿੰਗ ਜਿਹੜੀ ਆ ਲੱਗੀ ਹੋਣੀ ਚਾਹੀਦੀ ਆ ਠੀਕ ਆ ਜੀ। ਇਸ ਤੋਂ ਇਲਾਵਾ ਤੁਹਾਡੀਆਂ ਪਾਸਪੋਰਟ ਸਾਈਜ਼ 4 ਫੋਟੋਆਂ ਜਿਹੜੀਆਂ ਉਹ ਲੱਗਣਗੀਆਂ ਠੀਕ ਆ। ਔਰ ਇਸ ਤੋਂ ਇਲਾਵਾ ਤੁਹਾਡਾ ਜੋ ਤੁਹਾਡੇ ਫੈਮਿਲੀ ਪਰਿਵਾਰ ਵਿੱਚ ਹੈਗੇ ਨੇ ਲਾਈਕ ਤੁਹਾਡਾ ਬੇਟਾ ਆ ਬੇਟੀ ਆ ਤੁਹਾਡੀ ਵਾਈਫ ਹੈ ਠੀਕ ਆ ਇਸ ਤੋਂ ਇਲਾਵਾ ਤੁਹਾਡੇ ਫਾਦਰ ਹੈ ਜਾਂ ਮਦਰ ਹੈ ਉਹਨਾਂ ਦਾ ਇੱਕ ਆਧਾਰ ਕਾਰਡ ਜਿਹੜਾ ਲੱਗੇਗਾ ਜਦੋਂ ਤੁਸੀਂ ਲੋਨ ਲੈਣਾ ਉਹਦੇ ਵਿੱਚ ਲੋਨ ਦੇ ਵਿੱਚ ਨੋਮੀਨੇਸ਼ਨ ਵੀ ਹੁੰਦੀ ਆ ਠੀਕ ਆ। ਇਸ ਤੋਂ ਬਾਅਦ ਵਿਟਨੈਸ ਇੱਕ ਤੁਹਾਡਾ ਜਿਹੜਾ ਗਵਾਹ ਹੋਏਗਾ ਤੁਹਾਡੇ ਘਰ ਦਾ ਫੈਮਿਲੀ ਮੈਂਬਰ ਜਿਹੜਾ ਕੋਈ ਵੀ ਹੋ ਸਕਦਾ ਜਾਂ ਕੋਈ ਕਰੀਬੀ ਰਿਸ਼ਤੇਦਾਰ ਹੈ ਉਹ ਹੋ ਸਕਦਾ ਉਹਦੀ ਵੀ ਤੁਹਾਡੇ ਨਾਲ ਜੁਆਇੰਟ ਫੋਟੋ ਹੋਣੀ ਚਾਹੀਦੀ ਹੈ ਇੱਕ ਉਹ ਲੱਗਦੀ ਆ ਇੱਕ ਉਹਦਾ ਆਧਾਰ ਕਾਰਡ ਜਿਹੜਾ ਉਹ ਲੱਗੇਗਾ। ਪਰਮਾਨੈਂਟ ਐਡਰੈਸ ਪਰੂਫ ਤੇ ਤੁਸੀਂ ਆਧਾਰ ਕਾਰਡ ਯੂਜ਼ ਕਰ ਸਕਦੇ ਹੋ ਪਾਸਪੋਰਟ ਯੂਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੀ ਬੈਂਕ ਅਕਾਊਂਟ ਦੀ ਕਾਪੀ ਜਿਸ 'ਤੇ ਤੁਸੀਂ ਲੋਨ ਲੈਣਾ ਹੈਗਾ ਜੋ ਤੁਸੀਂ ਲੋਨ ਲੈ ਰਹੇ ਹੈਗੇ ਹੋ ਕਿਉਂਕਿ ਕੋਈ ਵੀ ਬੈਂਕ ਹੈਗੀ ਆ ਜਾਂ ਕੋਈ ਹੋਰ ਸੰਸਥਾ ਹੈਗੀ ਆ ਜਿਹੜੀ ਤੁਹਾਨੂੰ ਲੋਨ ਦੇਣਾ ਚਾਹੁੰਦੀ ਆ ਉਹਨੇ ਤੁਹਾਡੀ ਬੈਂਕ ਅਕਾਊਂਟ ਦੀ ਕਾਪੀ ਜਿਹੜੀ ਆ ਉਹ ਦੇਖਣੀ ਆ ਅਤੇ ਬੈਂਕ ਖਾਤਾ ਜਿਹੜਾ ਤੁਹਾਡਾ 1 ਮੰਥ ਜਿਹੜਾ ਓਲਡ ਹੋਣਾ ਚਾਹੀਦਾ ਮਿਨੀਮਮ ਠੀਕ ਆ। ਅਤੇ ਇਸ ਤੋਂ ਇਹ ਜਿਹੜੇ ਤੁਹਾਨੂੰ ਮੈਂ ਡਾਕੂਮੈਂਟ ਦੱਸੇ ਨੇ ਇਹ ਸਾਰੇ ਹੀ ਡਾਕੂਮੈਂਟ ਜਿਹੜੇ ਨੇ ਇਹ ਓਰੀਜਨਲ ਵੀ ਹੋਣੇ ਚਾਹੀਦੇ ਨੇ ਅਤੇ ਇਹਨਾਂ ਦੀਆਂ 2-2 ਫੋਟੋ ਕਾਪੀਆਂ ਜਿਹੜੀਆਂ ਉਹ ਵੀ ਤੁਹਾਡੀਆਂ ਲੱਗਣੀਆਂ ਹੁੰਦੀਆਂ ਨੇ। ਸੋ ਇਹ ਸੀ ਸਾਡਾ ਇਹਦਾ ਵੀਡੀਓ ਜਿਹਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਆ ਕਿ ਜੇ ਫਾਰਮ 'ਤੇ ਲੋਨ ਲੈਣ ਸਮੇਂ ਤੁਹਾਡੇ ਕੋਲ ਹੋਰ ਕਿਹੜੇ ਕਿਹੜੇ ਡਾਕੂਮੈਂਟ ਜਿਹੜੇ ਨੇ ਹੋਣੇ ਚਾਹੀਦੇ ਨੇ। ਧੰਨਵਾਦ।